हां जी, सत श्रीकाल जी सारिया नूं। ते लो जी, स्वागत है जी अज दे अपने एक नवे ब्लॉग दे विच। कल वाला ब्लॉग जस्ट हुण जी एंड कीता मैं, इत्थे एडिटिंग चलन दी है हजे भी। वह क्लिप हजे तक मैं इहदे च सेंड नहीं कीती, करके ते छेती छेती एडिटिंग करदा मैं, ठीक है। भी इहनूं रेंडर करके एक वीडियो एडिट करनी है अजे, होर वैसे दो वीडियो एडिट करनी है अज्ज। दोवें वीडियो एडिट करके उस तों बाद ही आपां कम स्टार्ट करना है, ठीक है, अपने मॉडलों के उत्ते। ਅਤੇ ਕੱਲ੍ਹ ਆ ਨਿਊ ਹੋਲੈਂਡ ਦਾ ਇੱਕ ਪਾਰਟ ਜਿਹੜਾ ਇੰਪੋਰਟੈਂਟ ਪ੍ਰਿੰਟ ਕੀਤਾ ਸੀਗਾ, ਨਾਲੇ ਇਹਨੂੰ ਜੋੜਦੇ ਹਾਂ, ਨਾਲੇ ਆਪਣਾ ਕੰਪਿਊਟਰ ਚਲਾਉਂਦੇ ਹਾਂ, ਫਿਰ ਥੋੜ੍ਹਾ ਜਿਹਾ ਰੁਕ ਕੇ ਅਤੇ ਅੱਜ ਪ੍ਰਿੰਟਰ ਚਲਾਵਾਂਗੇ। ਅੱਜ ਮੇਰੀ ਪੂਰੀ ਕੋਸ਼ਿਸ਼ ਹੈ ਕਿ ਦੋਵੇਂ ਟਰੈਕਟਰਾਂ ਦੇ ਫਰੰਟ ਐਕਸਲ ਅੱਜ ਪ੍ਰਿੰਟ ਕਰ ਦੇਣੇ ਆ, ਠੀਕ ਹੈ। ਅਤੇ ਬਾਕੀ ਚਲੋ ਟਾਈਮ ਦੱਸੂਗਾ ਕੀ ਬਣਦਾ, ਮੌਕੇ 'ਤੇ ਪਲੈਨ ਅੱਜ ਦਾ ਇਹੀ ਹੈ, ਠੀਕ ਹੈ। ਲਓ ਵੀ ਮੁੰਡੇ, ਵਲੋਗ ਲਾ ਤਾ ਰੈਂਡਰ 'ਤੇ, ਇਹ ਰੈਂਡਰ ਹੁੰਦਾ ਅਤੇ ਇਹਨੂੰ ਅਪਲੋਡ ਕਰਨ ਲਾ ਦੂੰਗਾ, ਨਾਲ ਦੀ ਨਾਲ ਦੂਜੀ ਵੀਡੀਓ ਐਡਿਟ ਕਰਾਂਗੇ ਉਸ ਦੇ ਨਾਲ। ਇਹਨੂੰ ਚਾਰਜ ਲਾ ਲਈਏ, ਪਰਸੋਂ ਦਾ ਚਾਰਜ ਲਾਇਆ ਹੋਇਆ, ਬੈਟਰੀ ਡਾਊਨ ਹੋ ਗਈ ਆ। ਬਾਹਰ ਆ ਜਾ, ਬਾਹਰ ਆ ਜਾ, ਚਾਰਜਰ ਸਿਆਂ ਬਾਹਰ ਆ ਜਾ। ਇਹਨੂੰ ਵੀ ਚਾਰਜ ਲਾਉਣਾ ਆ, ਅਤੇ ਆਈਫੋਨ ਵੀ ਨਹੀਂ ਚਾਰਜਰ ਆਇਆ ਪਰਸੋਂ ਦਾ, ਹੋਵੋ ਪਰਸੋਂ ਦਾ ਆਈਫੋਨ ਵੀ ਚਾਰਜ ਲਾਉਣਾ ਅਜੇ। ਆਈਫੋਨ ਮੈਂ ਆਈਫੋਨ ਸਮਝ ਕੇ ਇਹਦੀ ਬੈਟਰੀ ਚੈੱਕ ਕਰੀ ਆ ਨਾ, ਕੋਈ ਗੱਲ ਨਹੀਂ ਆ, ਹੈਂਗ ਹੋਇਆ ਪਿਆ ਸਿਸਟਮ ਸਾਰੇ। ਚੱਲ ਵੀ ਪਹਿਲਾਂ ਤਾਂ ਇਹਨੂੰ ਚਾਰਜ ਲਾਈਏ। ਚਲੋ ਸ਼ੁਕਰ ਹੈ ਵੀ ਇਹਦੇ ਨਾਲ ਕੇਬਲ ਥੋੜ੍ਹੀ ਜਿਹੀ ਲੰਮੀ ਮਿਲਦੀ ਆ, ਬੰਦਾ ਆਰਾਮ ਨਾਲ ਚਾਰਜ ਤਾਂ ਲਾ ਸਕਦਾ। 31% ਚਾਰਜ ਆ ਬਸ, 5 ਮਿੰਟ ਲੱਗਣਗੇ ਰੈਂਡਰ ਆਉਣ 'ਚ। 5 ਮਿੰਟ ਲੱਗਦੇ ਨਹੀਂ, ਪਰ ਸ਼ੋ 5 ਮਿੰਟ ਹੀ ਕਰਤਾ, 2 ਕੁ ਮਿੰਟਾਂ 'ਚ ਰੈਂਡਰ ਹੋ ਜਾਊਗਾ, ਠੀਕ ਆ। ਹਾਲਾਤ ਮਿਲਾ ਤਾ 2-3 ਘੰਟੇ ਇਹਦੇ 'ਤੇ ਲੱਗਣਗੇ ਹਜੇ ਐਡੀਟਿੰਗ 'ਚ, ਅਤੇ ਫਿਰ ਦੇਖਦੇ ਹਾਂ ਇੱਧਰ ਦਾ ਕੀ ਸੀਨ ਹੈ। ਇਹਨਾਂ ਨੇ ਬਹੁਤ ਕਨਫਿਊਜ਼ ਕੀਤਾ ਪਿਆ, ਅਤੇ ਹੁਣ ਮੇਰਾ ਪਲੈਨ ਹੈ ਕਿਹੜਾ, ਆਹ 2 ਟਰੈਕਟਰਾਂ ਦੇ ਕੰਮ ਕੰਟੀਨਿਊ ਕਰਦੇ ਹਾਂ, ਇੱਕ ਵਾਰੀ ਇਹਦੇ 'ਤੇ ਕੰਮ ਰੋਕਦਾ ਵਾਂ, ਪਲੈਨ ਹੈ ਦਿਮਾਗ 'ਚ, ਹਜੇ ਹੋ ਸਕਦਾ ਨਾ ਵੀ ਰੋਕਾਂ, ਕਿਉਂਕਿ ਨਾ ਇਹਦੀ ਮੈਨੂੰ ਸ਼ੇਪ ਇੱਥੇ ਬਹੁਤ ਸੋਹਣੀ ਲੱਗਣ ਦੀ ਟਰੈਕਟਰ ਦੀ, ਅਤੇ ਮੈਨੂੰ ਇਹ ਆ ਕਿ ਇਹਨੂੰ 4x4 ਹੀ ਬਣਾਵਾਂ ਮੈਂ, ਜਿਹੜਾ ਇਹਦਾ RPM 'ਚ ਸਮੱਸਿਆ ਆ ਰਹੀ ਹੈ ਨਾ, ਰਾਤ ਉਹਦਾ ਹੱਲ ਸੋਚਿਆ ਸੀ ਮੈਂ। ਅਤੇ ਚਲੋ ਦੇਖਦੇ ਹਾਂ ਅੱਜ ਦੀ ਵੀਡੀਓ 'ਚ, ਜਿਹੜੀ ਵੀਡੀਓ ਆਪਾਂ ਸ਼ੂਟ ਕਰਨੀ ਹੈ ਨਾ ਅੱਡ ਇਹਦੀ ਐਕਸਲਾਂ ਵਾਲੀ, ਉਹਦੇ 'ਚ ਹੋ ਸਕਦਾ ਮੈਂ ਕੋਈ ਹੱਲ ਦੱਸ ਦੇਵਾਂ, ਠੀਕ ਆ, ਮੌਕਾ ਦੱਸੂਗਾ ਕੀ ਬਣਦਾ। ਵੈਸੇ ਸੈੱਲ ਵੀ ਲੈ ਕੇ ਆਉਣਾ, ਮੀਟਰ ਬਿਨਾਂ ਨਹੀਂ ਜੇ ਸਰਨਾ, ਇਹ ਵੀ ਦੇਖਦੇ ਹਾਂ। ਪਰ ਧੁੱਪ ਵੀ ਫੁੱਲ ਹੋਈ ਪਈ ਹੈ, ਕੰਮ ਵੀ ਹਜੇ ਰਹਿੰਦਾ ਕਰਨ ਵਾਲਾ, ਐਲਾਂ ਬਾਅਦ ਮੈਨੂੰ ਲੱਗਦਾ ਗੇੜਾ ਲੱਗਣਾ ਨਹੀਂ ਗਾ। ਚਲੋ ਕਰਦੇ ਹਾਂ ਕੋਈ ਹੱਲ, ਦੇਖਦੇ ਹਾਂ ਪਹਿਲਾਂ ਤਾਂ ਆਹ ਕੰਮ ਨਿਬੇੜੀਏ। ਲਓ ਵੀ ਮੁੰਡਿਓ, ਇੱਥੇ ਦੇਖੋ ਤੁਸੀਂ, 2 ਵੱਜ ਗਿਆ ਅਤੇ ਹੁਣ ਜਾ ਕੇ ਅਪਲੋਡਿੰਗ ਵਾਲਾ ਕੰਮ ਡਨ ਹੋਇਆ। ਮੈਕਬੁੱਕ ਵੀ ਚਾਰਜ ਹੋ ਗਈ ਹੈ, ਬਾਹਰੋਂ ਫੋਨ ਡਾਊਨ ਹੋ ਗਿਆ, ਹੋਟਸਪੋਟ ਕਨੈਕਟ ਸੀਗਾ, ਇਹਨੂੰ ਚਾਰਜ ਲਾਉਂਦੇ ਹਾਂ, ਤਾਰਾਂ ਤੂਰਾਂ ਇਕੱਠੀਆਂ ਕਰਦਾ ਜਿਹੜੀਆਂ ਖਿਲਰੀਆਂ ਪਈਆਂ ਨੇ, ਠੀਕ ਆ। ਅਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ। ਵੀਡੀਓ ਤਾਂ ਤੈਨੇ ਅਪਲੋਡ ਕਰਤੀਆਂ ਨੇ, ਪਰ ਨਾ ਹਜੇ ਥੰਬਨੇਲ ਸੈੱਟ ਕਰਨ ਵਾਲੇ ਰਹਿੰਦੇ ਨੇ, ਅਤੇ ਥੰਬਨੇਲ ਬਣਾਉਣੇ ਨੇ ਹਜੇ, ਫੋਟੋਆਂ ਮੈਨੂੰ ਲੱਗਦਾ ਹਜੇ ਖਿੱਚਣੀਆਂ ਪੈਣੀਆਂ ਥੰਬਨੇਲ ਵਾਸਤੇ, ਸ਼ਾਇਦ ਹੈ ਨਹੀਂ ਗਿਆ ਮੇਰੇ ਕੋਲ, ਨਾਲ ਕੰਪਿਊਟਰ ਵੀ ਸਟਾਰਟ ਕਰ ਲੈਂਦੇ ਹਾਂ, ਕਿਉਂਕਿ ਥੰਬਨੇਲ ਬਣਾ ਕੇ ਉਹ ਤੋਂ ਬਾਅਦ ਸਿੱਧਾ ਸਟੇਅਰਿੰਗ 'ਤੇ ਕੰਮ ਸਟਾਰਟ ਕਰ ਦੇਣਾ ਆਪਾਂ, ਠੀਕ ਆ, ਦੋਵਾਂ ਟਰੇਟਰਾਂ ਦੇ। ਅਤੇ ਦੂਜੀ ਵੀਡੀਓ ਵੀ ਸਟਾਰਟ ਕਰਨੀ, ਉਹ ਤਾਂ ਮੇਰਾ ਪਲੈਨ ਹੈ ਸ਼ਾਮ ਜੀ ਨੂੰ ਕਰਾਂਗਾ, ਕਿਉਂਕਿ ਇੱਕ ਸਟੇਅਰਿੰਗ ਮੈਂ ਹੁਣ ਪ੍ਰਿੰਟ ਕਰ ਲਵਾਂਗਾ, ਠੀਕ ਹੈ, ਅਤੇ ਮੇਰਾ ਪਲੈਨ ਹੈ ਕਿ ਦੋਵੇਂ ਸਟੇਅਰਿੰਗ ਆਪਾਂ ਸੇਮ ਹੀ ਪ੍ਰਿੰਟ ਕਰਨੇ ਨੇ, ਵੀ ਇੱਕੋ ਜਿਹਾ ਹੀ ਡਿਜ਼ਾਇਨ ਹੋਊਗਾ, ਇਸ ਕਰਕੇ ਜਿਹੜਾ ਦੂਜਾ ਸਟੇਅਰਿੰਗ ਹੈ ਉਹ ਆਪਾਂ ਫਿਰ ਸ਼ਾਮ ਜੀ ਨੂੰ ਪ੍ਰਿੰਟ ਕਰ ਲਾਂਗੇ, ਹੋਲੈਂਡ ਵਾਲਾ ਜਿਹੜਾ ਸਟੇਅਰਿੰਗ ਹੈ ਉਹ ਹੁਣ ਪ੍ਰਿੰਟ ਕਰ ਲੈਣਾ, ਦੇਖਾਂਗੇ ਵੀ ਸਟੇਅਰਿੰਗ ਪ੍ਰਿੰਟ ਕਰ ਲੈਣੇ, ਹੋਲੈਂਡ ਨੂੰ ਪਾਉਣਾ ਹੋਇਆ ਹੋਲੈਂਡ ਨੂੰ ਪੈ ਜਾਊਗਾ, ਅਰਜਨ ਨੂੰ ਫਿੱਟ ਕਰਨਾ ਹੋਇਆ ਅਰਜਨ ਨੂੰ ਫਿੱਟ ਹੋ ਜਾਊਗਾ, ਉਹ ਕੋਈ ਚੱਕਰ ਨਹੀਂ ਗਾ। ਫਿਲਹਾਲ ਹੁਣ ਥੰਬਨੇਲ ਕਰਦਾ ਸੈੱਟ ਮੈਂ, ਅਤੇ ਥੋੜ੍ਹਾ ਜਿਹਾ ਡਿਜ਼ਾਇਨਿੰਗ ਵਾਲਾ ਕੰਮ ਹੈ, ਇਹ ਅਜੇ ਸਟਾਰਟ ਨਹੀਂ ਹੋਇਆ, ਕੀ ਚੱਕਰ ਹੈ, ਠੀਕ ਹੈ, ਤਾਂ ਪਾਵਰ ਆਫ ਸੀਗੀ, ਠੀਕ, ਚਲੋ ਕਰਦੇ ਹਾਂ ਕੁਛ ਨਾ ਕੁਛ ਤਾਂ ਕਰਾਂਗੇ। ਲਓ ਵੀ ਮੁੰਡਿਓ, ਥੰਬਨੇਲ ਵਾਲਾ ਕੰਮ ਵੀ ਹੋ ਗਿਆ ਡਨ, ਅਤੇ ਹੁਣ ਆਪਾਂ ਸਟਾਰਟ ਕਰਦੇ ਆਪਣੇ ਪ੍ਰਿੰਟਰ, ਅਤੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਇੱਕ ਤਾਂ ਆਹ ਗੋਪੀ ਵਾਲਾ ਛੋਟਾ, ਕਿਉਂਕਿ ਮੌਕੇ 'ਤੇ ਮੀਟਰ ਆਪਣਾ ਵਰਕ ਨਹੀਂ ਕਰਦਾ ਪਿਆ ਜਿਹੜਾ, ਅਤੇ ਆਈਡੀਆ ਜਿਹਾ ਨਹੀਂ ਹੋਣਾ ਕਿ ਇਹਦੇ ਵਾਸਤੇ ਜਿਹੜਾ ਸਟੇਅਰਿੰਗ ਹੁੰਦਾ ਸਾਈਜ਼ ਕੀ ਰੱਖਣਾ, ਇਸ ਕਰਕੇ ਮੈਂ ਦੇਖਦਾ ਵਾਂ ਜੇ ਤਾਂ ਆਹ ਸਾਈਜ਼ ਬਿਲਕੁਲ ਸਹੀ ਲੱਗਾ ਵੇਖਣ 'ਚ, ਅਤੇ ਸੇਮ ਸਾਈਜ਼ ਫਿਰ ਪ੍ਰਿੰਟ ਕਰ ਦਾਂਗੇ ਆਪਾਂ, ਠੀਕ ਆ, ਡਿਜ਼ਾਇਨ ਕੀਤਾ ਹੀ ਪਿਆ। ਅਤੇ ਜੇ ਲੱਗਾ ਵੀ ਜਿਵੇਂ ਬਾਹਲਾ ਵੱਡਾ ਹੈ ਜਾਂ ਥੋੜ੍ਹਾ ਜਿਹਾ ਫਰਕ ਹੈ, ਉਹ ਫਿਰ ਆਪਾਂ ਦੇਖ ਲਾਂਗੇ, 3-4 mm ਦਾ ਤਾਂ ਕੋਈ ਚੱਕਰ ਨਹੀਂ, ਆਪਾਂ ਛੋਟਾ ਡਾਇਰੈਕਟ ਵੀ ਕਰ ਸਕਦੇ ਹਾਂ, ਠੀਕ ਹੈ, ਜੀ ਕੋਡ ਕਰ ਲੱਗੇ ਅਸੀਂ, ਅਤੇ ਦੇਖਦੇ ਹਾਂ ਕੀ ਬਣਦਾ, ਇੱਕ ਪ੍ਰਿੰਟ ਕਰਕੇ ਦੇਖਦਾ ਮੈਂ, ਅਤੇ ਉਸ ਤੋਂ ਬਾਅਦ ਫਿਰ ਅਗਲਾ ਕਰਾਂਗੇ। ਵੈਸੇ ਤਾਂ ਕਾਫੀ ਵਧੀਆ ਵਰਕ ਕਰਦਾ ਪਿਆ, ਠੀਕ ਆ, ਆਹ ਜਿਹੜਾ ਹੈ। ਸਟੇਅਰਿੰਗ ਦੇ ਕੰਮ ਸਟਾਰਟ ਕਰਨ ਤੋਂ ਪਹਿਲਾਂ ਨਾ ਦਿਮਾਗ 'ਚ ਜਿੰਨੀਆਂ ਵੀ ਕਨਫਿਊਜ਼ਨਾਂ ਸੀ, ਮੈਂ ਕਿਹਾ ਸਾਰੀਆਂ ਸੋਲਵ ਕਰ ਹੀ ਲਈਏ,
ਤੇ ਆ ਟਾਇਰ ਖੋਲ ਕੇ ਮੈਂ ਛੋਟੇ ਟਾਇਰ ਪਾ ਕੇ ਵੇਖਿਆ ਸਟੀਅਰਿੰਗ ਤੇ ਮੈਂ ਕਿਹਾ ਚੱਲ ਇਹਦੇ ਤੇ ਆ ਟਾਇਰ ਪਾ ਕੇ ਦੇਖਦੇ ਹਾਂ ਲੁੱਕ ਕਿੱਦਾਂ ਦੀ ਆਉਂਦੀ ਹੈ ਤੇ ਲੁੱਕ ਤਾਂ ਵਧੀਆ ਆਉਂਦੀ ਹੈ ਪਰ ਨਾ ਇਹ ਟਾਇਰਾਂ ਦਾ ਸਾਈਜ਼ ਬਾਹਲਾ ਛੋਟਾ ਹੈ ਤੇ ਇਹਦੇ ਹਿਸਾਬ ਨਾਲ ਜਿਹੜਾ ਸਟੀਅਰਿੰਗ ਹੈ ਉਹ ਬਹੁਤ ਹੈਵੀ ਹੈ ਠੀਕ ਹੈ ਨਾਰਮਲੀ ਇਦਾਂ ਦਾ ਸਟੀਅਰਿੰਗ ਯੂਜ਼ ਹੁੰਦਾ ਵੱਡੇ ਜੇ ਆਪਾਂ ਗੱਲ ਕਰੀਏ ਜਿਵੇਂ ਵੱਡੇ ਟਰੈਕਟਰਾਂ ਦੀ ਤੇ ਜੇਸੀਬੀ 'ਚ ਇੱਦਾਂ ਦਾ ਸਟੀਅਰਿੰਗ ਯੂਜ਼ ਹੁੰਦਾ ਜਾਂ ਜਿਹੜੇ ਟਰੈਕਟਰਾਂ 'ਤੇ ਲੋਡਰ ਲੱਗਦੇ ਨੇ ਫਰੰਟ 'ਤੇ ਉਹਨਾਂ 'ਚ ਇੱਦਾਂ ਦਾ ਸਟੀਅਰਿੰਗ ਯੂਜ਼ ਹੁੰਦਾ ਇਸ ਟਾਈਪ ਦਾ ਜਿਹੜੇ ਨੋਰਮਲ ਟਰੈਕਟਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਦਾਂ ਦਾ ਹੁੰਦਾ ਠੀਕ ਹੈ ਦੋਵਾਂ ਸਾਈਡ ਜਿਹਦੇ ਐਂਡ ਹੁੰਦੇ ਨੇ ਅਤੇ ਆਹ ਚੀਜ਼ ਜ਼ਿਆਦਾ ਵਧੀਆ ਹੈ ਨਿੱਕੇ ਟਾਇਰਾਂ ਵਾਸਤੇ ਇਹਦੇ ਗਰਾਊਂਡ ਕਲੀਅਰੈਂਸ ਵੀ ਕਾਫੀ ਵਧੀਆ ਹੋ ਜਾਂਦਾ ਅਤੇ ਪਰ ਨਾ ਆਹ ਥੋੜ੍ਹਾ ਜਿਹਾ ਪੇਚੀਦਾ ਬਣਾਉਣ 'ਚ ਵੀ ਇਹਨੂੰ ਪ੍ਰਿੰਟ ਕਰਨ 'ਚ ਵੀ ਥੋੜ੍ਹਾ ਜਿਹਾ ਔਖਾ ਹੈ ਅਤੇ ਇਹਦੀ ਅਲਾਈਨਮੈਂਟ 'ਚ ਵੀ ਥੋੜ੍ਹੀ ਜਿਹੀ ਦਿੱਕਤ ਆਉਂਦੀ ਰਹਿੰਦੀ ਟਾਈਮ ਦੇ ਨਾਲ ਜਿਵੇਂ ਇਹਦੇ ਐਂਡ ਜੇ ਢਿੱਲੇ ਹੋਣ ਲੱਗ ਪੈਂਦੇ ਨੇ ਠੀਕ ਹੈ ਅਤੇ ਪਲੇ ਬਹੁਤ ਵੱਜ ਜਾਂਦੀ ਇਹਨਾਂ ਦੇ ਵਿੱਚ ਉਂਝ ਤਾਂ ਸਟੀਅਰਿੰਗ 'ਚ ਕੋਈ ਕਮੀ ਨਹੀਂ ਸੀ ਸਿਰਫ ਆਹ ਹੀ ਇੱਕ ਦੋ ਰੀਜ਼ਨ ਸੀ ਜਿਹਦੇ ਕਰਕੇ ਮੈਂ ਨਵੇਂ ਜਿੱਦਾਂ ਡਿਜ਼ਾਇਨ ਕਰਨ ਦਿਆ ਸੀਗਾ ਅਤੇ ਆਹ ਵੀ ਚੀਜ਼ ਸਹੀ ਹੈ ਪਰ ਇਹ ਵੱਡੇ ਟਾਇਰਾਂ ਵਾਸਤੇ ਆ ਨਿੱਕੇ ਟਾਇਰਾਂ ਵਾਸਤੇ ਸਟੀਅਰਿੰਗ ਇਹ ਵੀ ਠੀਕ ਨਹੀਂ ਗਾ ਅਤੇ ਇਸ ਕਰਕੇ ਹੁਣ ਮੈਂ ਸੋਚਣ ਦਿਆਂ ਕਿ ਨਵਾਂ ਡਿਜ਼ਾਇਨ ਕੀਤਾ ਜਾਵੇ ਇੱਕ ਹੋਰ ਦਿਮਾਗ 'ਚ ਆਈਡੀਆ ਆਇਆ ਇਹਨਾਂ ਦੋਵਾਂ ਨੂੰ ਮਿਕਸ ਕਰਕੇ ਇੱਕ ਤੀਜਾ ਸਟੀਅਰਿੰਗ ਬਣਾਉਂਦੇ ਹਾਂ ਆਪਾਂ ਠੀਕ ਆ ਅਤੇ ਉਹਨੂੰ ਪ੍ਰਿੰਟ ਕਰਕੇ ਉਹਦਾ ਪ੍ਰੈਕਟੀਕਲ ਵੀ ਹੋ ਜੂਗਾ ਠੀਕ ਹੈ ਵੀ ਟੈਸਟਿੰਗ ਵੀ ਕਰਕੇ ਵੇਖ ਲਾਂਗੇ ਵਧੀਆ ਲੱਗਾ ਤਾਂ ਫਿੱਟ ਕਰ ਲਾਂਗੇ ਨਹੀਂ ਤਾਂ ਆਹ ਦੋ ਡਿਜ਼ਾਇਨ ਤਾਂ ਆਪਣੇ ਕੋਲ ਪਏ ਹੀ ਨੇ ਵੀ ਜੇ ਆਹ ਪ੍ਰਿੰਟ ਕਰਨਾ ਹੋਇਆ ਇਹ ਕਰ ਲਾਂਗੇ ਜੇ ਆਹ ਪ੍ਰਿੰਟ ਕਰਨਾ ਹੋਇਆ ਤਾਂ ਇਹ ਕਰ ਲਾਂਗੇ ਠੀਕ ਆ ਅਤੇ ਇਸ ਕਰਕੇ ਆਪਾਂ ਕੰਮ ਸਟਾਰਟ ਕਰਦੇ ਹਾਂ ਇੱਕ ਨਵੇਂ ਸਟੀਅਰਿੰਗ 'ਤੇ ਅਤੇ ਨਵੇਂ ਸਟੀਅਰਿੰਗ ਦਾ ਕੰਮ ਸਾਰਾ ਨਵੇਂ ਸਿਰੋਂ ਤਿਆਰ ਹੋਊਗਾ ਪਰ ਉਹਦੇ ਲਈ ਆਹ ਸਮੱਸਿਆ ਜਿਹੜੀ ਹੈ ਇਹ ਤਾਂ ਮੈਂ ਭੁੱਲ ਗਿਆ ਸੀ ਕਿ ਆਪਣੇ ਕੋਲ ਮੀਟਰ ਹੈ ਨਹੀਂਗਾ ਮੀਟਰ ਤੋਂ ਬਿਨਾਂ ਕੁਛ ਕਰ ਨਹੀਂ ਸਕਦੇ ਆਪਾਂ ਇਹ ਔਖਾ ਹੈ ਕਿਉਂਕਿ ਇਕੱਲਾ ਇਕੱਲਾ ਚੀਜ਼ ਆਪਾਂ MM ਦੇ ਹਿਸਾਬ ਨਾਲ ਵੇਖਣੀ ਹੈ ਅਤੇ ਫਿਰ ਡਿਜ਼ਾਇਨ ਹੋਣਾ ਸਾਰਾ ਅਤੇ ਆਪਾਂ ਕਰਨ ਵੀ ਸਟਾਰਟਿੰਗ ਤੋਂ ਤਾਂ ਦੁਬਾਰੇ ਇਸ ਕਰਕੇ ਮੀਟਰ ਦੀ ਜ਼ਰੂਰਤ ਪਊਗੀ ਆਪਾਂ ਨੂੰ ਇਹ ਹੁਣ ਇੱਕ ਸਮੱਸਿਆ ਆ ਗਈ ਹੈ ਜਾਂ ਤਾਂ ਹੁਣ ਮੈਂ ਐਲਾਂ ਵੱਜ ਆਵਾਂ ਇੱਕ ਸੈੱਲ ਲੈ ਕੇ ਆਵਾਂ ਅਤੇ ਸੈੱਲ ਲਿਆਉਣ ਤੋਂ ਬਾਅਦ ਵੀ ਨਹੀਂ ਪਤਾ ਮੀਟਰ ਚੱਲੂਗਾ ਕਿ ਨਹੀਂ ਜਾਂ ਤਾਂ ਮੀਟਰ ਨਾਲ ਲੈ ਜਾਣਾ ਉੱਥੇ ਸੈੱਲ ਪਾ ਕੇ ਦੇਖੂੰਗਾ ਜੇ ਚੱਲਿਆ ਠੀਕ ਹੈ ਨਹੀਂ ਤਾਂ ਫਿਰ 1500-2000 ਦਾ ਨਵਾਂ ਮੀਟਰ ਆਊਗਾ ਲੋਕਲ ਇਸ ਰੇਟ 'ਤੇ ਮਿਲੂਗਾ ਵਧੀਆ ਜੇ ਲੈਣਾ ਤਾਂ ਠੀਕ ਆ ਆਹ ਪਲਾਸਟਿਕ ਵਾਲੀ ਬੋਡੀ ਦਾ ਨਾ ਅਤੇ ਇਹਦੇ 'ਚ ਇੱਕ ਮੈਟਲ ਬੋਡੀ ਵਾਲਾ ਆਉਂਦਾ ਉਹ 2000 ਦਾ ਆਉਂਦਾ ਆਹ ਤਾਂ ਮਿਲਦਾ 700-800 ਦਾ ਹੈ ਕਿ 1000 ਰੁਪਏ ਦਾ ਮਿਲਦਾ ਲੋਕਲ ਠੀਕ ਹੈ ਵੀ ਵੈਸੇ ਤਾਂ ਕਾਫੀ ਵਧੀਆ ਹੈ ਪਰ ਹੁਣ ਪਤਾ ਹੀ ਨਹੀਂ ਕੀ ਦਿੱਕਤ ਹੈ ਦਿੱਲੀ ਗੈਸ ਆਪਾਂ ਆਉਣ ਤੋਂ ਬਾਅਦ ਵੇਖਿਆ ਤਾਂ ਆਹ ਸਮੱਸਿਆ ਚਲੋ ਦੇਖਦੇ ਹਾਂ ਹੁਣ ਸੋਚਦਾ ਵਾਂ ਹੁਣ ਫਿਰ ਕਨਫਿਊਜ਼ਨ 'ਚ ਪੈ ਗਿਆ ਸਾਰਾ ਨਹੀਂ ਤਾਂ ਮੈਂ ਉਹਨੂੰ ਕੰਮ ਸਟਾਰਟ ਕਰ ਦੇਣਾ ਸੀ ਸਟੀਅਰਿੰਗ 'ਤੇ ਡਿਜ਼ਾਇਨ ਕਰਕੇ ਸ਼ਾਮ ਤੱਕ ਪ੍ਰਿੰਟ ਕਰ ਦੇਣਾ ਸੀ ਚਲੋ ਕੋਈ ਨਹੀਂ ਦੇਖਣਾ ਕੋਈ ਹੱਲ ਕਰਦਾ ਜੇ ਠੀਕ ਹੁੰਦਾ ਕਿਸੇ ਤਰੀਕੇ ਨਾਲ ਜਾਂ ਕੋਈ ਸੈੱਲ ਲੱਭਦਾ ਜੇ ਪਿਆ ਹੋਇਆ ਤਾਂ ਸ਼ੁਕਰ ਕਿਸਮਤ ਸਾਥ ਦਿੰਦੀ ਥੋੜ੍ਹਾ ਜਿਹਾ ਹੁਣ ਮੈਨੂੰ ਲੱਗਦਾ ਪਿਆ ਵੀ ਜਿਹੜਾ ਆਪਾਂ ਡਿਸੀਜਨ ਲਿਆ ਇੱਕ ਤੀਜਾ ਸਟੀਅਰਿੰਗ ਬਣਾਉਣ ਦਾ ਉਹ ਸਹੀ ਲਿਆ ਕਿਸਮਤ ਆਪਣਾ ਸਾਥ ਦੇ ਰਹੀ ਹੈ ਉਹ ਕਹਿੰਦੀ ਤੂੰ ਕਰ ਕੰਮ ਸਟਾਰਟ ਮੈਂ ਤੇਰੇ ਨਾਲ ਹਾਂ ਅਤੇ ਚਲੋ ਫਿਰ ਕਰੀਏ ਸਟਾਰਟ ਲਓ ਵੀ ਮੁੰਡਿਓ ਪਹਿਲਾ ਡਿਜ਼ਾਇਨ ਬਣਾ ਕੇ ਟੈਸਟਿੰਗ ਵਾਸਤੇ ਲਾਤਾ ਮੈਂ ਪ੍ਰਿੰਟਰ ਨੂੰ ਅਤੇ ਪ੍ਰਿੰਟ ਕਰਕੇ ਦੇਖਦੇ ਹਾਂ ਕਿ ਡਿਜ਼ਾਇਨ ਜਿਹੜਾ ਸਹੀ ਹੈ ਗਲਤ ਹੈ ਕਿਵੇਂ ਆ ਕੀ ਕਮੀਆਂ ਨੇ ਅਤੇ ਪਹਿਲੀ ਗੱਲ ਤਾਂ ਕੋਈ ਕਮੀ ਹੈ ਨਹੀਂ ਗੀ ਪਹਿਲੀ ਵਾਰੀ 'ਚ ਬਿਲਕੁਲ ਸਹੀ ਪ੍ਰਿੰਟ ਹੋਣਾ ਚਾਹੀਦਾ ਹੈ ਅਤੇ ਬਾਕੀ ਕੁਛ ਕਹਿ ਨਹੀਂ ਸਕਦੇ ਲਓ ਵੀ ਮੁੰਡੇ ਆਹ ਦੇਖ ਲਓ ਪ੍ਰਿੰਟਰ ਦੋਵੇਂ ਵਿਹਲੇ ਹੋ ਕੇ ਖੜ੍ਹੇ ਨੇ ਅਤੇ ਇੱਥੋਂ ਤੁਹਾਨੂੰ ਆਈਡੀਆ ਹੋ ਹੀ ਗਿਆ ਹੋਊਗਾ ਕਿ ਕਾਹਤੋਂ ਵਿਹਲੇ ਹੋ ਕੇ ਖੜ੍ਹੇ ਨੇ ਹੁਣ ਦਾ ਰੀਜ਼ਨ ਹੈ ਆਹ ਫਰੰਟ ਐਕਸਲ ਜਿਹੜਾ ਉਹ ਰੈਡੀ ਹੋ ਚੁੱਕਿਆ ਅਤੇ ਡਿਜ਼ਾਇਨ ਵੀ ਕਾਫੀ ਵਧੀਆ ਲੱਗਾ ਮੈਨੂੰ ਐਂਗਲ ਵੀ ਬਹੁਤ ਹੈ ਦੇਖੋ ਟਰਨਿੰਗ ਐਂਗਲ ਵੀ ਬਹੁਤ ਵਧੀਆ ਇੰਨਾ ਜ਼ਿਆਦਾ ਤਾਂ ਮੋੜੀਦਾ ਹੀ ਨਹੀਂ ਹੁੰਦਾ ਜਿੰਨਾ ਇਹ ਮੁੜ ਜਾਂਦਾ ਅਤੇ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਕਮੀਆਂ ਸੀਗੀਆਂ ਕਮੀਆਂ ਨਹੀਂ ਕਹਿ ਸਕਦੇ ਪਰ ਨਾ ਜਿਹੜਾ ਆਪਾਂ ਅਰਜੁਨ ਦੇ ਵਿੱਚ ਯੂਜ਼ ਕਰਨਾ ਐਕਸਲ ਉਹਦੇ ਵਾਸਤੇ ਥੋੜ੍ਹੇ ਜਿਹੇ ਚੇਂਜਸ ਇਹਦੇ 'ਚ ਕਰਨੇ ਪੈਣੇ ਸੀਗੇ ਅਤੇ ਇਸ ਕਰਕੇ ਆਹ ਜਿਹੜਾ ਐਕਸਲ ਹੈ ਇਹ ਆਪਾਂ ਨਿਊ ਹੋਲੈਂਡ 'ਚ ਯੂਜ਼ ਕਰਾਂਗੇ ਆਹ ਜਿਹੜਾ ਠੀਕ ਆ ਅਤੇ ਅਰਜਨ ਵਾਸਤੇ ਆਪਾਂ ਨੂੰ ਨਵਾਂ ਪ੍ਰਿੰਟ ਕਰਨਾ ਪੈਣਾ ਹੋਰ ਵੈਸੇ ਵੀ ਆਪਾਂ ਦੋ ਪ੍ਰਿੰਟ ਕਰਨੇ ਹੀ ਸੀਗੇ ਅਤੇ ਹੁਣ ਆਪਾਂ ਹੋਲੈਂਡ ਲੈ ਕੇ ਚੱਲਦੇ ਹਾਂ ਬਾਹਰ ਇੱਕ ਰੀਲ ਸ਼ੂਟ ਕਰਦੇ ਹਾਂ ਹੋਲੈਂਡ ਨਾਲ ਲੋ ਵੀ ਆ ਗਏ ਆਪਾਂ ਬਾਹਰ ਆਹ ਥੋੜ੍ਹੇ ਜਿਹੇ ਅਪਡੇਟ ਨੇ ਨਿੱਕੇ ਨਿੱਕੇ ਇਹ ਤੁਹਾਨੂੰ ਮੈਂ ਦੇ ਦਿੰਦਾ ਦੋ ਤਾਂ ਆਹ ਡਿੱਗ ਪਈਆਂ ਨੇ ਦੋ ਕੰਧਾਂ ਡਿੱਗ ਪਈਆਂ ਨੇ ਅਤੇ ਇਹ ਪਹਿਲਾਂ ਹੀ ਮੈਨੂੰ ਲੱਗਦਾ ਥੋੜ੍ਹੀਆਂ ਜਿਹੀਆਂ ਉਹ ਹੋਈਆਂ ਪਈਆਂ ਸੀ ਐਵੇਂ ਝੁੱਕੀਆਂ ਸੀਗੀਆਂ ਇਹਦੇ ਕਰਕੇ ਆ ਇਹਦੇ 'ਤੇ ਡਿੱਗਿਆ ਉਹਦੇ ਕਰਕੇ ਝੁੱਕੀਆਂ ਸੀ ਉਹਨੂੰ ਐਂ ਲਾ ਦਈਏ ਹਵੇਲੀ 'ਤੇ ਵੀ ਹੁਣ ਕਰਦੇ ਹਾਂ ਕੰਮ ਸਟਾਰਟ ਆਪਾਂ
ਮੀਂਹ ਮੂੰਹ ਵਾਲਾ ਮੌਸਮ ਜਿਹੜਾ ਜਾਣਾ ਸੀ ਤੁਰ ਗਿਆ ਹੁਣ ਐਂ ਤਾਂ ਕਦੇ ਵੀ ਆ ਸਕਦਾ ਹੁਣ ਇਹ ਹਿਸਾਬ ਨਾਲ ਤਾਂ ਕਦੇ ਬਣੂਗੀ ਨਹੀਂ ਫਿਰ ਹਵੇਲੀ 'ਚ ਆਪਾਂ ਉਡੀਕਦੇ ਰਹੀਏ ਵੀ ਚੱਲ ਮੀਂਹ ਆ ਜੇ ਹਟ ਜੇ ਫਿਰ ਹੀ ਕਰਦੇ ਹਾਂ ਅਤੇ ਫਿਰ ਦੇਖਦੇ ਹਾਂ ਸਵੇਰੇ ਆਪਾਂ ਇਹਦੇ 'ਤੇ ਵੀ ਕੰਮ ਸਟਾਰਟ ਕਰਦੇ ਹਾਂ ਹਵੇਲੀ 'ਤੇ ਵੀ ਠੀਕ ਹੈ ਸਾਫ਼ ਸਫਾਈ ਜਿਹੜੀ ਕਰਨੀ ਕਰਕੇ ਇੱਥੇ ਸ਼ੈੱਡ ਪਾਉਣਾ ਇੰਪਲੀਮੈਂਟ ਵੇਖੋ ਪਏ ਇੱਕ ਦੂਜੇ ਦੇ ਉੱਤੇ ਚੜ੍ਹੇ ਪੈਣੇ ਸਾਰੇ ਇੰਪਲੀਮੈਂਟ ਸੈੱਟ ਕਰਕੇ ਲਾਵਾਂਗੇ ਇੱਥੇ ਵੱਡਾ ਸਾਰਾ ਸ਼ੈੱਡ ਪਾ ਦੇਣਾ ਠੀਕ ਆ ਇਹ ਦੋ ਤਿੰਨ ਕੰਮ ਕਰਨੇ ਨੇ ਅਤੇ ਇਹਦੇ ਤੋਂ ਵੀ ਚੱਕਣਾ ਪੜਦਾ ਮਿੱਟੀ ਦੇ ਢੇਰ ਤੋਂ ਇਹਦੇ 'ਤੇ ਵੀਡੀਓ ਸ਼ੂਟ ਕਰਦੇ ਹਾਂ ਇਹ ਦੇਖਦੇ ਹਾਂ ਕੱਲ੍ਹ ਕਰਾਂਗੇ ਕੱਲ੍ਹ ਕਰਦੇ ਹਾਂ ਪਰਸੋਂ ਕਰਾਂਗੇ ਉਹ ਮੌਕਾ ਦੱਸੋ ਕੱਲ੍ਹ ਵੀਡੀਓ ਤਾਂ ਆਪਾਂ ਨੂੰ ਸ਼ੂਟ ਕੋਈ ਕਰਨੀ ਪੈਣੀ ਹੈ ਅਤੇ ਫਿਰ ਦੇਖ ਲਵਾਂਗੇ ਇਹਦੀ ਵੀਡੀਓ ਸ਼ੂਟ ਕਰ ਲਵਾਂਗੇ ਆਪਾਂ ਅਤੇ ਉਸ ਦੇ ਨਾਲ ਫਿਰ ਇੱਧਰ ਵੀ ਕਰਾਂਗੇ ਕੰਮ ਹੁਣ ਛੇਤੀ ਸਟਾਰਟ ਇੱਥੇ ਵੀ ਅੱਡੋ ਅੱਡ ਰਾਹ ਰੂਹ ਜੇ ਬਣਾਈਏ ਕੁਛ ਨਾ ਕੁਛ ਸੋਚ ਕੇ ਅਤੇ ਅੱਗੇ ਹੁਣ ਕੱਦੂ ਵਾਲਾ ਵੀ ਕੰਮ ਸਟਾਰਟ ਕਰਦੇ ਛੇਤੀ ਵੀ ਇੱਥੇ ਕਿੱਲੇ 'ਚ ਛੱਡ ਕੇ ਪਾਣੀ ਚਿੱਕੜ ਚੰਗਾ ਕਿਉਂਕਿ ਹੋਲੈਂਡ ਬਣਦਾ ਆਪਣਾ ਫੁੱਲ ਸਪੀਡ ਵਾਲਾ ਉਹ ਜਦੋਂ ਘੁਮਾਇਆ ਨਾ ਚਿੱਕੜ 'ਚ ਸਵਾਦ ਆਊਗਾ ਪੂਰਾ ਇੱਥੋਂ ਤਾਂ ਮੈਨੂੰ ਲੱਗਦਾ ਬਾਕੀ ਟਾਈਮ ਦੱਸੋ ਕੀ ਬਣਦਾ ਠੀਕ ਹੈ ਹੁਣ ਇੱਕ ਵਾਰੀ ਮੈਂ ਛੇਤੀ ਛੇਤੀ ਰੀਲ ਸ਼ੂਟ ਕਰ ਲਵਾਂ ਕਿਉਂਕਿ ਮੌਸਮ ਸੂਰਜ ਢਲ ਰਿਹਾ ਸੂਰਜ ਥੋੜ੍ਹਾ ਰਹਿ ਗਿਆ ਇਹਨੇ ਤੁਰ ਜਾਣਾ ਬਾਅਦ 'ਚ ਕੁਆਲਿਟੀ ਨਹੀਂ ਆਉਣੀ ਜ਼ਿਆਦਾ ਕੋਈ ਟਾਈਮ ਨਹੀਂ ਲੱਗਣਾ ਵਾ ਗਾਣਾ ਲੱਭ ਜਾਏ ਪਹਿਲੀ ਵਾਰੀ 'ਚ ਅਤੇ ਫਿਰ ਚੱਲਦੇ ਹਾਂ ਵਾਪਸ ਅੰਦਰ ਆਪਾਂ ਠੀਕ ਆ ਲਓ ਵੀ ਮੁੰਡਿਓ ਇੱਕ ਰੀਲ ਸ਼ੂਟ ਕਰ ਲਈ ਆ ਰੀਲ ਸ਼ੂਟ ਕਰ ਲਈ ਮੈਨੂੰ ਪੜਦਾ ਲਾਉਣਾ ਹੀ ਪਿਆ ਕਰਤਾ ਉਹੀ ਕੰਮ ਜਿਹਦੇ ਤੋਂ ਮੈਂ ਡਰਦਾ ਸੀ ਤਿੰਨ ਚਾਰ ਵਾਰੀ ਪਹਿਲਾਂ ਹੋਇਆ ਰੀਲ ਸ਼ੂਟ ਕਰਨ ਲੱਗਿਆ ਨਾ ਬੜੇ ਰੀਟੇਕ ਲੈਣੇ ਪਏ ਥੋੜ੍ਹੇ ਜਿਹੇ ਵਜਨ ਨਾਲ ਸਰਦਾ ਹੀ ਨਹੀਂ ਸੀਗਾ ਟਰੈਕਟਰ ਦੇ ਅੱਗੇ ਵਜਨ ਮੈਨੂੰ ਲੱਗਦਾ ਪਰਮਾਨੈਂਟ ਹੀ ਪਾਉਣਾ ਪੈਣਾ ਹੁਣ ਕਿਉਂਕਿ ਬੈਟਰੀ ਬਾਕਸ ਦੇ ਵਿੱਚ ਜਦੋਂ ਬੈਟਰੀਆਂ ਹੁੰਦੀਆਂ ਨੇ ਨਾ ਪਿੱਛੇ ਵਜਨ ਬਹੁਤ ਹੋ ਜਾਂਦਾ ਇੰਨਾ ਵੀ ਮਾੜਾ ਨਹੀਂ ਮਾੜਾ ਬਾਲਾ ਵਜਨ ਮਾੜਾ ਪਿੱਛੇ ਠੀਕ ਆ ਸਟੰਟ ਤੇ ਹੋਊਗਾ ਉਹ ਜ਼ਿਆਦਾ ਹੋ ਗਿਆ ਬਹੁਤ ਨਵੀਆਂ ਕੀ ਚੱਕਰ ਹੈ ਹੁਣ ਡਿਫਰੈਂਸ਼ਲ ਵਰਕਰ ਨਾਲ ਸਟਾਰਟ ਕਰ ਦਿੰਦਾ ਨਹੀਂ ਨਿਕਲ ਗਈ ਜਿਹਦੇ ਤਿੰਨ ਭੁੰਨ ਨਹੀਂ ਨਿਕਲੀ ਮੂਡ ਮਾਤਾ ਵੈਸੇ ਵੀ ਬਿਨਾਂ ਵਜਨ ਤੋਂ ਨਹੀਂ ਨਿਕਲਦਾ ਫਸ ਗਿਆ ਵਜਨ ਪਾਉਣਾ ਪੈਣਾ ਦੋ ਪਲੇਟਾਂ ਨਾਲ ਸਰਨਾ ਚਾਹੀਦਾ ਮੇਰੇ ਹਿਸਾਬ ਨਾਲ ਰੈਸਕਿਊ ਕੀਤਾ ਜਾ ਰਿਹਾ ਟਰੈਕਟਰ ਨੂੰ ਬਸ ਇੰਨਾ ਹੀ ਸੀ ਚਲੋ ਮੁੰਡਿਓ ਕਵਰ ਕਰਦਾ ਮੈਂ ਇਹਨੂੰ ਵਾਪਸ ਅਤੇ ਆਪਾਂ ਚੱਲਦੇ ਹਾਂ ਅੰਦਰ ਹੋ ਗਈ ਰੀਲ ਸ਼ੂਟ ਲਓ ਵੀ ਮੁੰਡਿਓ ਟਾਈਮ ਮੌਕੇ 'ਤੇ 10:30 ਹੋ ਗਏ ਨੇ ਅਤੇ ਸਟਿੱਲ ਅਜੇ ਕੰਮ ਚੱਲਣ ਦਿਆ ਇੱਥੇ ਮੋਡਲਾਂ ਦੇ ਉੱਤੇ ਮੈਂ ਵੀਡੀਓ ਸ਼ੂਟ ਕਰਨ ਦਿਆ ਸੀਗਾ ਆਹ ਦੇਖ ਲਓ ਇੱਥੇ ਲਓ ਵੀ ਮੁੰਡਿਓ ਸੇਮ ਵਲੋਗ ਕਰਦੇ ਮੈਂ ਨੈਕਸਟ ਡੇ ਕੰਟੀਨਿਊ ਕਰਦਾ ਬਸ ਹੁਣ ਐਂਡ ਹੀ ਕਰਨਾ ਅਤੇ ਕੱਲ੍ਹ ਵਾਲਾ ਵਲੋਗ ਇੱਥੇ ਕਰਨ ਦਿਆ ਸੀ ਐਡਿਟ ਮੈਂ ਅਤੇ ਰਾਤ ਫਿਰ ਮੈਂ ਵਲੋਗ ਐਂਡ ਕੀਤਾ ਨਹੀਂ ਮੈਂ ਕਿਹਾ ਨੈਕਸਟ ਡੇ ਐਡਿਟ ਕਰਨਾ ਸਵੇਰੇ ਅਤੇ ਉਦੋਂ ਹੀ ਐਂਡ ਕਰ ਦਾਂਗੇ ਠੀਕ ਆ
ਤੇ ਅੱਜ ਦਾ ਵਲੌਗ ਫਿਰ ਆਪਣਾ ਇੱਥੋਂ ਤੱਕ ਸੀਗਾ। ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ। ਜਿਹੜੇ ਵੀ ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰਦੇ ਹੋ, ਮਿਲਦੇ ਹਾਂ ਸਵੇਰੇ ਨਵੇਂ ਵਲੌਗ 'ਚ। ਸਵੇਰੇ ਮਤਲਬ ਕਿ ਅੱਜ ਸ਼ੂਟ ਕਰਾਂਗਾ, ਠੀਕ ਹੈ ਜੀ। ਓਕੇ, ਬਾਏ, ਟਾਟਾ।